इंस्पेक्टर्स 184 ਤਾਂ ਜਿਹੜੀਆਂ ਪੋਸਟਾਂ ਆਈਆਂ ਨੇ ਉਹਦਾ ਕੀ ਸਿਲੇਬਸ ਹੋਏਗਾ, ਕੀ ਪੈਟਰਨ ਹੋਏਗਾ, ਕੈਟਾਗਰੀ ਕਿਹੜੀ 'ਚ ਫਿਲ ਕਰਨਾ ਚਾਹੀਦਾ, ਫਾਰਮ ਕਦੋਂ ਪੇਪਰ ਹੋ ਸਕਦਾ ਅਤੇ ਹੋਰ ਚੀਜ਼ਾਂ, ਹੋਰ ਫੈਕਟਰਸ ਆਪਾਂ ਜਿਹੜੇ ਹੈਗੇ ਆ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਸਮਝਣ ਵਾਲੀ ਹੈ ਉਹਨੂੰ ਸਮਝੋ। ਦੇਖੋ ਪੇਪਰ ਜਿਹੜੇ ਹੈਗੇ ਨੇ ਉਹ ਹਮੇਸ਼ਾ ਚੱਲਦੇ ਰਹਿੰਦੇ ਨੇ, ਇਹੋ ਜਿਹਾ ਕੁਛ ਨਹੀਂ ਹੈ, ਕਦੇ ਪੇਪਰ ਆਉਂਦੇ ਨੇ ਕਦੇ ਪੇਪਰ ਆਉਣੇ ਬੰਦ ਹੋ ਜਾਂਦੇ ਆ। ਬਟ ਇਸ ਵਾਰ ਜਿਹੜਾ ਹੈਗਾ ਜੇ 2-3 ਸਾਲ ਤੋਂ ਦੇਖੀਏ ਤਾਂ ਲਗਾਤਾਰ ਪੇਪਰ ਚੱਲ ਰਹੇ ਨੇ, ਲਗਾਤਾਰ ਓਪਰਚੁਨਿਟੀਜ਼ ਮਿਲ ਰਹੀਆਂ ਨੇ, ਬਟ ਫਿਰ ਵੀ ਇਸ ਟਾਈਮ 'ਤੇ ਜਿਹੜਾ ਹੈਗਾ ਸਟੂਡੈਂਟਸ ਹਾਰ ਮੰਨ ਚੁੱਕੇ ਹੈ। ਤਾਂ ਸਪੈਸ਼ਲੀ ਜਿਹੜਾ ਹੈਗਾ ਉਹ ਸਟੂਡੈਂਟਸ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਜੇ 2 ਸਾਲ ਤੋਂ ਮਿਹਨਤ ਕਰ ਰਹੇ ਹੋ, 3 ਸਾਲ ਤੋਂ ਪੜ੍ਹ ਰਹੇ ਹੋ, ਤਾਂ ਐਟਲੀਸਟ ਘੱਟ ਤੋਂ ਘੱਟ ਆਉਣ ਵਾਲੇ 7-8 ਮਹੀਨੇ ਜ਼ਰੂਰ ਪੜ੍ਹੋ ਜੀ, ਜ਼ਰੂਰ ਪੜ੍ਹੋ। ਤੁਹਾਡੀ ਆਪਣੇ ਆਪ ਜਿਹੜਾ ਹੈਗਾ ਜਿਹੜੀ ਪਹਿਲਾਂ ਮਿਹਨਤ ਕੀਤੀ ਹੋਈ ਆ ਉਹਦਾ ਮੁੱਲ ਹੁਣ ਪਏਗਾ, ਹੁਣ ਪੈਣ ਵਾਲਾ ਕਹਿ ਲਓ। ਕਿਉਂਕਿ ਗੱਲ ਇਹ ਹੈਗੀ ਆ ਸਮਝਣ ਵਾਲੀ ਕਿ ਆਫਟਰ 8-9 ਮੰਥਸ ਨਾ ਤਾਂ ਪੰਜਾਬ ਦੇ ਵਿੱਚ ਜ਼ਿਆਦਾ ਪੋਸਟਾਂ ਰਹਿਣੀਆਂ ਨੇ ਨਾ ਹੀ ਸੈਂਟਰ ਦੇ ਵਿੱਚ ਰਹਿਣੀਆਂ ਨੇ, ਰੀਜ਼ਨ ਤੁਹਾਨੂੰ ਪਤਾ। ਤਾਂ ਜੇ ਬਹੁਤ ਨੈਗੇਟਿਵ ਹੋਏ ਹੋਏ ਹੋ, ਬਹੁਤ ਹਾਰ ਮੰਨ ਚੁੱਕੇ ਹੋ, ਫਿਲਹਾਲ ਗੱਲ ਨੂੰ ਇਹ ਸਮਝ ਲਓ ਵੀ ਹਲੇ 8-9 ਮਹੀਨੇ ਜਿਹੜਾ ਹੈਗਾ ਜਿੰਨੇ ਮਰਜ਼ੀ ਨੈਗੇਟਿਵ ਹੋ ਜਾਓ, ਜੋ ਮਰਜ਼ੀ ਹੋ ਜਾਏ, ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚਣਾ, ਕੋਈ ਪ੍ਰਾਈਵੇਟ ਜੋਬ ਬਾਰੇ ਨਹੀਂ ਸੋਚਣਾ, ਕਿਸੇ ਵੀ ਹੋਰ ਜਿਹੜਾ ਹੈਗਾ ਪਾਸੇ ਬਾਹਰ ਜਾਣਾ ਜਾਂ ਇਹ ਕਰਨਾ ਜਾਂ ਉਹ ਕਰਨਾ, ਕੁਛ ਵੀ ਨਾ ਸੋਚੋ। ਆਪਣੀ ਲਾਈਫ ਦੇ ਇਹ ਮੰਨ ਕੇ ਚੱਲੋ ਵੀ ਲਾਸਟ 8-9 ਮਹੀਨੇ ਨੇ ਜਿਹੜੇ ਤੁਸੀਂ ਜੋਬ ਜੇ ਲਗਾਉਣੇ, ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਸਮਝ ਆਜੂਗਾ ਕਿ ਤੁਹਾਡਾ ਕੀ ਸਹੀ ਡਿਸੀਜ਼ਨ ਸੀ ਅਤੇ ਕੀ ਗਲਤ ਡਿਸੀਜ਼ਨ ਹੋਣ ਵਾਲਾ ਸੀ। ਠੀਕ ਹੈ ਜੀ, ਤਾਂ ਹੁਣ ਜਿਹੜਾ ਮੇਨ ਹੈਗਾ ਆਪਾਂ ਨੇ ਜਿਹੜੀ ਇਹ ਪੋਸਟ ਹੈਗੀ ਹੈ ਇਹਦੇ ਬਾਰੇ ਸਮਝਦੇ ਹਾਂ। ਦੇਖੋ ਜਿਹੜੀਆਂ ਇਹ ਪੋਸਟਾਂ ਆਈਆਂ ਨੇ ਸਾਰਿਆਂ ਨੇ ਨੋਟੀਫਿਕੇਸ਼ਨ ਜ਼ਰੂਰ ਪੜ੍ਹ ਲਈ ਹੋਏਗੀ। 6 ਨੂੰ ਜਿਹੜਾ ਹੈਗਾ ਅਪਲਾਈ ਸਟਾਰਟ ਹੋਣਾ, ਤਾਂ ਡੇਟਸ ਵਗੈਰਾ ਆਪਣੇ ਆਪ ਤੁਸੀਂ ਦੇਖ ਸਕਦੇ ਹੋ। ਕਮੈਂਟਸ ਦੇ ਵਿੱਚ ਟੈਲੀਗ੍ਰਾਮ ਚੈਨਲ ਦਾ ਲਿੰਕ ਪਿਆ, ਤਾਂ ਉੱਥੇ PDF ਅਵੇਲੇਬਲ ਹੈ। ਸਾਰੀ PDF ਚੰਗੀ ਤਰ੍ਹਾਂ ਜ਼ਰੂਰ ਪੜ੍ਹਿਓ ਜੀ। ਹਾਲਾਂਕਿ ਇਸ 'ਚੋਂ ਬੇਸਿਕ ਗੱਲਾਂ ਜਿਹੜੀਆਂ ਇੰਪੋਰਟੈਂਟ ਨੇ ਮੈਂ ਤੁਹਾਨੂੰ ਦੱਸ ਹੀ ਦਿੰਦਾ, ਬਟ ਫਿਰ ਵੀ ਇੱਕ ਵਾਰ ਆਪ ਪੜ੍ਹਿਓ। ਓਬਵੀਅਸਲੀ ਬਹੁਤ ਵਧੀਆ ਪੋਸਟ ਹੈ, ਕੀ ਜੋਬ ਪ੍ਰੋਫਾਈਲ ਹੁੰਦੀ ਹੈ, ਤਾਂ ਮੈਂ ਇਹੀ ਕਹਾਂਗਾ ਕਿ ਬਹੁਤ ਵਧੀਆ ਓਪਰਚੁਨਿਟੀ ਹੈ। ਇੰਸਪੈਕਟਰ ਆਪਣੇ ਆਪ ਦੇ ਵਿੱਚ ਹੀ ਨਾਮ ਬਹੁਤ ਵੱਡਾ ਹੁੰਦਾ, ਸਾਰਿਆਂ ਨੂੰ ਇਹ ਚੀਜ਼ ਪਤਾ, ਚਾਹੇ ਜਿਹੜੇ ਮਰਜ਼ੀ ਡਿਪਾਰਟਮੈਂਟ 'ਚ ਹੋਵੇ, ਚਾਹੇ ਜੋ ਮਰਜ਼ੀ ਹੋਵੇ, ਇੰਸਪੈਕਟਰ ਹੈ, ਚਾਹੇ ਫੂਡ ਇੰਸਪੈਕਟਰ ਹੈ, ਚਾਹੇ ਕੋਆਪਰੇਟਿਵ ਇੰਸਪੈਕਟਰ ਹੈ, ਚਾਹੇ ਸਬ ਇੰਸਪੈਕਟਰ ਹੈ, ਚਾਹੇ ਜਿਹੜਾ ਮਰਜ਼ੀ ਇੰਸਪੈਕਟਰ ਹੈ, ਇੰਸਪੈਕਟਰ ਇੰਸਪੈਕਟਰ ਹੀ ਹੁੰਦਾ, ਸਾਰਿਆਂ ਨੂੰ ਇਹ ਚੀਜ਼ ਪਤਾ। ਤਾਂ ਪੋਸਟ ਤਾਂ ਵਧੀਆ ਲੈਵਲ ਦੀ ਹੈ, ਪ੍ਰਾਈਵੇਟ ਤਾਂ ਹੈ ਨਹੀਂ, ਐਡਹੋਕ ਬੇਸਿਸ 'ਤੇ ਤਾਂ ਹੈ ਨਹੀਂ, ਕੰਟਰੈਕਚੁਅਲ ਬੇਸਿਸ 'ਤੇ ਤਾਂ ਹੈ ਨਹੀਂ, ਤਾਂ ਓਬਵੀਅਸਲੀ ਜੋਬ ਬਹੁਤ ਵਧੀਆ। ਜੇ ਤੁਹਾਨੂੰ ਐਕਚੁਅਲ ਜੋਬ ਪ੍ਰੋਫਾਈਲ ਨਹੀਂ ਵੀ ਸਮਝ ਆ ਰਿਹਾ, ਤਾਂ ਬਸ ਇਹ ਸਮਝ ਲਓ ਵੀ ਬਹੁਤ ਵਧੀਆ ਜੋਬ ਹੈ। ਠੀਕ ਹੈ ਜੀ, ਹੁਣ ਉਸ ਤੋਂ ਬਾਅਦ ਗੱਲ ਇਹ ਹੈਗੀ ਹੈ ਕਿ ਪੋਸਟਾਂ ਬਹੁਤ ਨੇ, ਇਹ ਬਹੁਤ ਬੈਨੀਫਿਟ ਹੈ। ਇੰਸਪੈਕਟਰ ਲੈਵਲ 'ਤੇ ਇੰਨੀਆਂ ਪੋਸਟਾਂ ਆਉਣੀਆਂ ਬਹੁਤ ਵੱਡੀ ਓਪਰਚੁਨਿਟੀ ਹੈ। ਠੀਕ ਹੈ ਜੀ, ਤਾਂ ਤੁਹਾਡੇ ਸਾਹਮਣੇ ਹੈਗੀਆਂ ਨੇ ਪੋਸਟਾਂ, ਹਾਂ ਇਹ ਵੀ ਪੋਸਟਾਂ ਹੈਗੀਆਂ ਨੇ ਬਟ ਸਿਰਫ ਟੈਕਨੀਕਲ ਵਾਲਿਆਂ ਵਾਸਤੇ ਹੈ। ਠੀਕ ਹੈ ਜੀ, ਹੁਣ ਇਹ ਕੈਟਾਗਰੀ ਵਾਈਜ਼ ਪੋਸਟਾਂ ਨੇ, ਤਾਂ ਕਈ ਬੱਚਿਆਂ ਨੂੰ ਇਹ ਇਸ਼ੂ ਹੈਗਾ ਵੀ ਅਸੀਂ EWS ਕੋਟਾ ਦੇ ਵਿੱਚ ਭਰੀਏ, ਅਸੀਂ SC 'ਚ ਭਰੀਏ, ਅਸੀਂ MB 'ਚ ਭਰੀਏ ਜਾਂ ਜਨਰਲ 'ਚ ਭਰੀਏ। ਹੁਣ ਜਿਵੇਂ ਮੰਨ ਲਓ ਕੈਟਾਗਰੀ ਵਾਈਜ਼ ਪੋਸਟਾਂ ਘੱਟ ਆਈਆਂ ਹੋਈਆਂ, ਤਾਂ ਬੱਚਿਆਂ ਨੂੰ ਇਹ ਥੋੜ੍ਹੇ ਜਿਹੇ ਡਾਊਟਸ ਹੈਗੇ ਵੀ ਕਿਹੜੀ ਕੈਟਾਗਰੀ 'ਚ ਫਿਲ ਕਰੀਏ। ਤਾਂ ਦੇਖੋ ਜਿਹੜੀ ਵੀ ਤੁਹਾਡੀ ਕੈਟਾਗਰੀ ਹੈ, ਚਾਹੇ ਉਸ 'ਚ ਪੋਸਟਾਂ ਹੈ ਚਾਹੇ ਨਹੀਂ ਹੈ, ਉਸੀ ਕੈਟਾਗਰੀ 'ਚ ਫਿਲ ਕਰੋ, ਕਿਉਂਕਿ ਤੁਸੀਂ ਜਨਰਲ 'ਚ ਤਾਂ ਕੰਸੀਡਰ ਹੋਵੋਗੇ ਹੀ। ਜੇ ਮੰਨ ਲਓ ਲੇਟਰ ਔਨ ਪੋਸਟਾਂ ਉਸ ਕੈਟਾਗਰੀ 'ਚ ਇੰਟਰੋਡਿਊਸ ਹੋ ਗਈਆਂ, ਤਾਂ ਫਿਰ ਇਸ਼ੂ ਆ ਜਾਏਗਾ। ਬਾਕੀ ਇੱਕ ਪ੍ਰਮੋਸ਼ਨਲ ਇਸ਼ੂ ਵੀ ਰਹਿੰਦਾ ਹੁੰਦਾ, ਤੁਹਾਨੂੰ ਪਤਾ ਹੀ ਹੈ ਮੇਨ ਚੀਜ਼। ਠੀਕ ਹੈ ਨਾ, ਤਾਂ ਬੇਸਿਕਲੀ ਤੁਹਾਡੀ ਜਿਹੜੀ ਵੀ ਕੈਟਾਗਰੀ ਹੈਗੀ ਹੈ ਉਹਦੇ ਵਿੱਚ ਹੀ ਫਿਲ ਕਰੋ। ਹਾਂ ਠੀਕ ਹੈ ਜੀ, ਚਲੋ ਹੁਣ ਇਸ ਤੋਂ ਬਾਅਦ ਗੱਲ ਇਹ ਹੈਗੀ ਹੈ ਵੀ ਜਿਵੇਂ ਪੋਸਟਾਂ ਆਈਆਂ ਹੋਈਆਂ ਨੇ ਜੀ ਅਲੱਗ ਅਲੱਗ ਡਿਪਾਰਟਮੈਂਟ 'ਚ ਪ੍ਰੋਪਰ ਦੱਸਿਆ ਹੋਇਆ, ਤਾਂ ਇਹਨੂੰ ਜ਼ਿਆਦਾ ਬਹੁਤ ਡਿਟੇਲ 'ਚ ਜਾਣ ਦੀ ਰਿਕੁਆਇਰਮੈਂਟ ਨਹੀਂ ਹੈ ਵੀ ਇਹ ਡਿਪਾਰਟਮੈਂਟ ਕੀ ਹੁੰਦਾ, ਇਹਦਾ ਕੀ ਕੰਮ ਹੈਗਾ, ਇਹ ਕੀ ਕਰਦਾ, ਤੁਹਾਨੂੰ ਦੱਸਤਾ ਬਹੁਤ ਵਧੀਆ, ਸਭ ਕੁਛ ਬਹੁਤ ਵਧੀਆ, ਬਹੁਤ ਵਧੀਆ ਲੈਵਲ ਦੀ ਜੋਬ ਹੈ, ਬਹੁਤ ਵਧੀਆ ਓਪਰਚੁਨਿਟੀ ਹੈ, ਸਾਰਿਆਂ ਲਈ ਪੇਪਰ ਕੁਆਲੀਫਾਈ ਹੋਣਾ ਜ਼ਰੂਰੀ ਹੈ। ਹੁਣ ਇਸ ਨੂੰ ਲੈ ਕੇ ਜੇ ਤੁਹਾਨੂੰ ਕੋਈ ਡਾਊਟ ਹੈ, ਤੁਸੀਂ ਮੰਨ ਲਓ ਇਹ ਨੋਟੀਫਿਕੇਸ਼ਨ ਪੜ੍ਹ ਰਹੇ ਹੋ, ਤੁਹਾਨੂੰ ਇਸ 'ਚ ਕੁਛ ਨਹੀਂ ਸਮਝ ਆ ਰਿਹਾ ਪਰਟੀਕੁਲਰਲੀ, ਤਾਂ ਤੁਸੀਂ ਕੰਟੈਕਟ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ, ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਜਾਏਗਾ। ਠੀਕ ਹੈ, ਤਾਂ ਤੁਸੀਂ ਜਿਹੜਾ ਹੈਗਾ 7986463146 ਤਾਂ ਕੰਟੈਕਟ ਕਰ ਸਕਦੇ ਹੋ, ਤੁਹਾਨੂੰ ਸਮਝਾ ਦਿੱਤਾ ਜਾਏਗਾ। ਠੀਕ ਹੈ, ਬਾਕੀ ਨੋਟੀਫਿਕੇਸ਼ਨ ਦੇ ਵਿੱਚ ਜੇ ਕੋਈ ਵੀ ਇਸ਼ੂ ਆ ਰਿਹਾ, ਠੀਕ ਹੈ ਨਾ, ਤਾਂ ਤੁਸੀਂ ਸਮਝ ਸਕਦੇ ਹੋ। ਹੁਣ ਗੱਲ ਇਹ ਹੈਗੀ ਹੈ ਜੀ ਇਹਦਾ ਸਿਲੇਬਸ ਕੀ ਹੋਏਗਾ। ਦੇਖੋ ਪੇ ਸਕੇਲ ਤਾਂ ਸਾਰਿਆਂ ਨੂੰ ਪਤਾ ਹੀ ਹੈ, ਬੀ ਗਰੁੱਪ ਬੀ ਦੀ ਪੋਸਟ ਹੈ। ਹੁਣ ਇਹਦਾ ਪੇ ਸਕੇਲ ਕੀ ਹੋਏਗਾ, ਇਹਦਾ ਐਲੀਜੀਬਿਲਿਟੀ ਤਾਂ ਇਹੀ ਹੈ
कि ग्रेजुएशन विद 50% मार्क्स, तो बेसिकली देखा जाए तो थोड़े पास 50% ग्रेजुएशन भी होने चाहिए हैं, जिहड़े मर्जी सब्जेक्ट्स की हो कोई इशू नहीं। उस तो बाद गल हैगी है भी थोड़ा एक टाइपिंग टैसट देना पेगा। हूँ टाइपिंग टैसट को लेकर ऑलरेडी एक वीडियो अपलोड हुई हुई है स्टडी सोल्यूशन के उत्ते, वो जरूर देखियो, क्योंकि टाइपिंग लैके बहुत बच्चे डरते हैं टाइपिंग करके, इस तरह के वो पेपर ही नहीं भरते, ताकि बहुत वड्डी गलती है, यही गलती ना कर दियो। बाकी जिहड़ा हैगा ये सिंपल एक जिहड़ा हैगा कंप्यूटर वाला कोर्स मंगया होया, तो कोई स्पैशल एलीजिबिलिटी नहीं है, सिंपल ग्रैजुएशन ही एलीजिबिलिटी है। ठीक है जी, तो सिंपल ग्रैजुएशन ही एलीजिबिलिटी है। हुण आपां गल करते हैं सिलेबस की, पैटर्न की, एक्सपैक्टिड एग्जाम डेट की। देखो इन्हां चों हले कुछ भी नहीं आया, ना तो सिलेबस आया, ना पैटर्न आया, ना जिहड़ा हैगा एग्जाम डेट आई है। हुण इस टाइम पर जिहड़ा हैगा स्टूडेंट्स की गलतियां कर सकते हैं, या कह लो की करना चाहिए, सही की है तो गलत की है, वह समझ की बहुत रिक्वायरमेंट है। कि ज़्यादा लॉजिक नहीं लाने, ज़्यादा दिमाग नहीं लाना, ज़्यादा सोचने पर टाइम नहीं लाना, भी हो सकता PPSC वर्गा एग्जाम पैटर्न आवे, हो सकता एक्साइज इंस्पैक्टर वर्गा आवे, हो सकता एवें हो, देखो हो तो कुछ भी सकता है। फिलहाल तुसी अपनी तैयारी दे विच बने रहो, कुछ दिनों बाद जिहड़ा हैगा आपां नूं क्लैरिटी होएगी की सिलेबस है, की पैटर्न है एग्जाम डेट। फिलहाल तुसी बस ये मन के चलो कि जिहड़ियां बेसिक चीज़ां ने वह तो आनियां ही आनियां ने, मान लो करंट अफेयरस ने तो आने ही आने, ठीक है। मान लो पंजाब GK है तो आनी आनी है, पंजाबी है तो आनी आनी है, ये मान के चलो, चाहे पेपर का पैटर्न जिस मर्जी तरह का हो। मैथ्स है बेसिक तो आनी आना है, प्रोबेबिलिटी वाला चैप्टर ना करो, स्टैट्स ना करो, पर बेसिक क्वांट तो आना ही आना है, बेसिक जिहड़ा हैगा वह सब कुछ आना है। PYQ करो, जे तुसी होर कुछ नहीं कर सकते हले, फिलहाल तुहानू ये पता लग गया भी PSSB का हैगा या नहीं भी पता, तां वी तुसी बस प्रीवियस ईयर क्वेश्चन करो, प्रीवियस ईयर क्वेश्चन तुसी PSSB के भी करो, प्रीवियस ईयर क्वेश्चन तुसी PPSC के भी करो। तैयारी च बनना तो स्टार्ट हो जाओ, तैयारी च टच तो करना स्टार्ट कर दो, आउट ऑफ टच होए हो तो थोड़ी जी स्टार्ट तो करो, तो तुसी PPSC दे PYQ PSSB दे PYQ ये स्टार्ट कर दो, डेली दे दो दो PYQ करने स्टार्ट कर दो। जिन्हों कुछ भी नहीं पता, जिन्होंने बेसिक तो स्टार्ट करनी है, उन्होंने को तो बहुत कुछ है पढ़ने, वो तो ये कह ही नहीं सकते भी हले सिलेबस नहीं पता तो हले की पढ़िए। तो सिलेबस का वेट तो नहीं करना चाहिए, सिलेबस के उत्ते दिमाग भी नहीं लाना चाहिए, अपनी बेसिक जी नॉलेज है उन्होंने इंप्रूव करो, बेसिक लैवल बनाओ। एग्जाम डेट मान के चलो दिसंबर या जनवरी ही होएगी, इस तो लेट भी हो सकती है, पर इस तो जल्दी होने की उम्मीद ना दे बराबर है। तो मान के चलो जे अज भी बच्चा तैयारी स्टार्ट करता है, जिन्हों कुछ भी नहीं पता, जिन्हें कदे भी कोई तैयारी नहीं की हुई, तो अज वो पूरा टाइम देने तैयार है, तैयारी करने तैयार है, तो वह तैयारी कर सकता है, इस पेपर की वो तैयारी कर सकता है, ठीक है। तो थोड़े थोड़े करंट अफेयर्स पढ़ने स्टार्ट कर दो, ये करना स्टार्ट कर दो। उस तो बाद जे तुहानू होर कोई डाउट हैगा, कोई इशू हैगा, तो तुसी कॉन्टैक्ट नंबर पर कॉन्टैक्ट कर सकते हो। वीडियो नू वध तो वध शेयर ते लाइक जरूर करदे करो, कमेंट्स के विच फिर रिपीट कर रहे टैलीग्राम चैनल का लिंक है, वो ज्वाइन कर सकते हो, उत्थे टू द पॉइंट अप टू डेट डेटा अपडेट हुंदा रहिंदा है। डिस्क्रिप्शन के विच ऐप का लिंक पिया, तो वह भी जिहड़ा हैगा तुहाडे लिए बेनीफिशियल है, उत्थे जो भी रिक्वायर्ड डेटा अपडेट हुंदा। उस तो बाद जिहड़ा हैगा जी, चाहे रिकॉर्डिड ने, चाहे लाइव क्लासिस ने, चाहे ऑफलाइन क्लासिस ने, चाहे वीकेंड बैच है, हर तरह का प्रोविजन, हर तरह की फैसिलिटी अवेलेबल हैगी है संधीस इंस्टीट्यूट पटियाला दे विच। स्टडी सोल्यूशन संधीस इंस्टीट्यूट पटियाला दे रीसेंट जिहड़े हैगे ने बहुत वधिया रिजल्ट्स ने, तुसी देख सकते हो, कॉन्टैक्ट कर सकते हो, मिल सकते हो। पटवारी दे विच मैक्सीम सिलेक्शन ने रीसेंटली PSSB, बाकी भी जिहड़े पेपर हुए ने उन्हां दे विच भी बहुत सिलेक्शन्स ने, बेस्ट या हाईएसट नहीं है बट बहुत ने, पटवारी बेस्ट या हाईएसट कह सकते हो जी पटियाला दे विच। तो होर भी जिहड़ा हैगा तुसीं देख सकते हो, कंटेंट तुसीं चैक कर सकते हो, क्लासिस लगा के देख सकते हो, लाइव क्लासिस लगा के देख सकते हो, रिकॉर्डिड क्लासिस लगा के देख सकते हो, अपनी तसली कर सकते हो। जे कुछ नवा लभ्या, कुछ वधिया लभ्या, फिर तुसीं कॉन्टैक्ट करके अपनी रजिस्ट्रेशन करा सकते हो ते अपना बैच स्टार्ट कर सकते हो। तो मैं फिर यही कहूँगा जी, बहुत वधिया अपॉर्चुनिटी है, जिहड़े स्टूडेंट्स जिहड़े कि बहुत ने इस टाइम पर हार मन्नी बैठे ने,
ਤਾਂ ਉਹ ਐਟਲੀਸਟ 8-9 ਮਹੀਨੇ ਹੋਰ ਤਿਆਰੀ ਦੇ ਵਿੱਚ ਬਣੇ ਰਹਿਣ, ਕਿਉਂਕਿ ਬਹੁਤ ਵਧੀਆ ਓਪਰਚੁਨਿਟੀਜ਼ ਹਲੇ ਆਉਣੀਆਂ ਬਾਕੀ ਨੇ। ਵਿਜੀਲੈਂਸ ਇੰਸਪੈਕਟਰ ਵਰਗੀ ਪੋਸਟ ਕਹਿ ਰਹੇ ਨੇ ਆਏਗੀ, ਕੋਈ ਕਹਿ ਰਿਹਾ ਫੂਡ ਇੰਸਪੈਕਟਰ ਦੀ ਪੋਸਟ ਆਏਗੀ, ADTO ਦੀ ਪੋਸਟ ਆਉਣੀ ਹੈ, PCS ਆ ਰਿਹਾ। ਤਾਂ ਇਸ ਟਾਈਮ 'ਤੇ ਜਿੰਨੀ ਵੀ ਤੁਹਾਡੀ  3-4 ਸਾਲ ਦੀ ਮਿਹਨਤ ਹੈ ਉਹ ਕੰਮ ਆਉਣ ਵਾਲੀ ਹੈ। ਕੋਈ ਦੁੱਖ ਮਨਾ ਕੇ ਫਾਇਦਾ ਨਹੀਂ, ਕੋਈ ਹਾਰ ਮੰਗ ਕੇ ਫਾਇਦਾ ਨਹੀਂ, ਕਿਸੇ ਨੇ ਤੁਹਾਡਾ ਦੁੱਖ ਨਹੀਂ ਸੁਣਨਾ, ਕਿਸੇ ਨੇ ਤੁਹਾਡੀ ਹਾਰ ਬਾਰੇ ਨਹੀਂ ਸੁਣਨਾ। ਅੱਜ ਕੱਲ੍ਹ ਤਾਂ ਕਿਸੇ ਕੋਲ ਜਿੱਤ ਬਾਰੇ ਸੁਣਨ ਦਾ ਟਾਈਮ ਨਹੀਂ ਹੈ। ਜਿਹੜਾ ਬੰਦਾ ਜਿੱਤ ਚੁੱਕਿਆ, ਪੋਜ਼ਿਟਿਵ ਅਚੀਵਮੈਂਟਸ ਕਰ ਚੁੱਕਿਆ, ਉਹਦੇ ਬਾਰੇ ਸੁਣਨ ਦਾ ਟਾਈਮ ਨਹੀਂ, ਤਾਂ ਨੈਗੇਟਿਵ ਕੌਣ ਸੁਣੇਗਾ। ਤਾਂ ਕਿਸੇ ਨੇ ਇਹ ਨਹੀਂ ਪੁੱਛਣਾ ਵੀ ਤੂੰ ਕਿੰਨੇ ਸਾਲ ਤੋਂ ਤਿਆਰੀ ਕਰ ਰਿਹਾ। ਫਾਈਨਲੀ ਜਿਹੜਾ ਹੈਗਾ ਤੁਹਾਨੂੰ ਇਹੀ ਦੇਖਿਆ ਜਾਊਗਾ ਵੀ ਤੁਸੀਂ ਇੰਸਪੈਕਟਰ ਦੀ ਪੋਸਟ 'ਤੇ ਲੱਗੇ ਹੋਏ ਹੋ, ਬਸ ਉਹੀ ਮੈਟਰ ਕਰੇਗਾ। ਇੱਕ ਪੋਜ਼ਿਟਿਵ ਆਊਟਕਮ ਹੋਏਗਾ ਵੀ ਹਾਂ ਉਹ 3 ਸਾਲ ਜਿਹੜਾ ਹੈਗਾ ਸਸਟੇਨ ਕੀਤਾ ਅਤੇ ਫਾਈਨਲੀ ਉਹਨੇ ਜਿਹੜਾ ਹੈਗਾ ਇੰਸਪੈਕਟਰ ਦੀ ਪੋਸਟ ਲੈ ਲਈ, ਫਾਈਨਲੀ ਉਹ PCS ਅਫਸਰ ਲੱਗ ਗਿਆ। ਤਾਂ ਲਾਸਟ ਆਊਟਕਮ ਹੀ ਦੇਖਿਆ ਜਾਂਦਾ ਹੁੰਦਾ। ਹਮੇਸ਼ਾ ਇਹ ਯਾਦ ਰੱਖਿਓ, ਬਿਨਾਂ ਮਤਲਬ ਤੋਂ ਨੈਗੇਟਿਵ ਹੋ ਕੇ ਬਹਿ ਜਾਓ ਵੀ ਬਸ ਯਾਰ ਆਪਣੇ ਤੋਂ ਤਾਂ ਹੋਣਾ ਨਹੀਂ, ਬਹੁਤ ਹੋ ਗਿਆ, ਜੇ ਹੋਣਾ ਹੁੰਦਾ ਹੁਣ ਤੱਕ ਹੋ ਜਾਂਦਾ, ਇਹ ਹੈ ਉਹ ਹੈ। ਇਹੋ ਜਿਹੇ ਥੋਟਸ ਕੱਢ ਦਿਓ, ਆਪਣੀ ਨੌਲੇਜ ਨੂੰ ਇੰਪਰੂਵ ਕਰੀ ਜਾਓ, ਜੋ ਚਾਹੀਦਾ ਉਹ 'ਤੇ ਵਰਕ ਕਰੀ ਜਾਓ, ਏਰੀਆ ਆਫ ਇੰਪਰੂਵਮੈਂਟਸ 'ਤੇ ਵਰਕ ਕਰੋ, ਬਹੁਤ ਜਲਦੀ ਤੁਹਾਨੂੰ ਤੁਹਾਡੀ ਰਿਕੁਆਇਰਡ ਪੋਸਟ ਮਿਲ ਜਾਏਗੀ। ਕੋਈ ਡਾਊਟ ਆ ਰਿਹਾ, 1-to-1 ਤੁਸੀਂ ਡਿਸਕਸ਼ਨ ਕਰਨਾ ਚਾਹੁੰਦੇ ਹੋ, ਆਪਣੇ ਏਰੀਆ ਆਫ ਇੰਪਰੂਵਮੈਂਟਸ 'ਤੇ ਵਰਕ ਕਰਵਾਉਣਾ ਚਾਹੁੰਦੇ ਹੋ, ਤਾਂ ਕੰਟੈਕਟ ਨੰਬਰ 'ਤੇ ਕੰਟੈਕਟ ਕਰੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ। ਵਿਸ਼ ਯੂ ਆਲ ਦਾ ਬੈਸਟ, ਥੈਂਕ ਯੂ।